ਤੇਜ ਦੀਪ ਸਿੰਘ ਸੈਣੀ। ਅੱਛਾ ਸਰ, ਜਿਹੜਾ ਸੈਕਟਰ 56 ਦੇ ਵਿੱਚ ਗਰੀਬ ਵਾਸਤੇ ਜਿਹੜਾ ਰਾਸ਼ਨ ਦੇ ਟਰੱਕ ਆਏ ਆ, ਇਹ ਕਿੰਨੇ ਦਿਨ ਚੱਲਣੇ ਔਰ ਕਿਹੜੇ ਕਿਹੜੇ ਸੈਕਟਰ ਵਾਸਤੇ ਆਏ? ਇਹ ਪੂਰੇ ਚੰਡੀਗੜ੍ਹ ਦੇ ਵਿੱਚ ਨਾ, ਇਹ ਆਲ ਸੈਂਟਰ ਗਵਰਨਮੈਂਟ ਦੀ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਹੈਗੀ ਆ, ਜੋ ਸੈਂਟਰ ਗਵਰਨਮੈਂਟ ਦੀ ਇੰਸਟਰਕਸ਼ਨ ਆ ਉਹਦੇ ਬੇਸ 'ਤੇ ਅਸੀਂ ਇੰਪਲੀਮੈਂਟ ਕੀਤਾ ਹੈਗਾ। ਅਤੇ ਚੰਡੀਗੜ੍ਹ ਦੇ ਵਿੱਚ, ਸਾਰੇ ਚੰਡੀਗੜ੍ਹ ਦੇ ਵਿੱਚ ਵੀਟ ਪ੍ਰਤੀ ਪਰਿਵਾਰਕ ਮੈਂਬਰ 15 ਕਿਲੋ 3 ਮਹੀਨੇ ਦੀ ਇੱਕ ਮੁਸ਼ਤ, ਔਰ ਦਾਲ 3 ਕਿਲੋ ਪ੍ਰਤੀ ਪਰਿਵਾਰ ਇੱਕ ਮੁਸ਼ਤ 3 ਮਹੀਨੇ ਦਾ, ਅਤੇ ਇਹ ਅਸੀਂ ਦੇ ਰਹੇ ਹੈਗੇ ਆ। ਔਰ ਇਹਨਾਂ ਦੇ ਘਰ ਘਰ ਆ ਕੇ ਡੋਰ ਸਟੈਪ 'ਤੇ ਇਹਦੇ ਸੈਕਟਰ ਦੇ ਵਿੱਚ ਆ ਕੇ ਇੱਥੇ ਸਾਰੇ ਬੈਨੀਫਿਸ਼ਰੀ ਨੂੰ ਇਨਫੋਰਮ ਕੀਤਾ। ਪੁਲਿਸ ਡਿਪਾਰਟਮੈਂਟ ਵੱਲੋਂ, ਪੁਲਿਸ ਡਿਪਾਰਟਮੈਂਟ ਨੇ ਬਹੁਤ ਹੀ ਸਾਡਾ ਵਧੀਆ ਸਹਿਯੋਗ ਦਿੱਤਾ, ਔਰ ਸਾਰਾ ਲੋਅ ਐਂਡ ਆਰਡਰ ਔਰ ਸਾਰਾ ਮੈਨੇਜਮੈਂਟ ਸਾਡੇ ਨਾਲ ਕਰਵਾਈ ਹੈਗੀ ਆ। ਮਿਊਂਸੀਪਲ ਕਾਰਪੋਰੇਸ਼ਨ ਚੰਡੀਗੜ੍ਹ ਦੇ ਵੀ ਅਸੀਂ ਧੰਨਵਾਦੀ, ਉਹਨਾਂ ਨੇ ਵੀ ਸਾਰਾ ਮੈਨੇਜਮੈਂਟ ਦੇ ਵਿੱਚ ਸਾਨੂੰ ਫੂਡ ਸਪਲਾਈ ਡਿਪਾਰਟਮੈਂਟ ਨੂੰ ਸਹਿਯੋਗ ਦਿੱਤਾ, ਔਰ ਇਹ ਬਹੁਤ ਹੀ ਵਧੀਆ ਤਰੀਕੇ ਦੇ ਨਾਲ। ਇਹ ਕਿੰਨੇ, ਇਹ ਜਿਹੜਾ ਕਿੰਨੇ ਸੈਕਟਰ, ਮਤਲਬ 16 ਔਰ 56 ਵਾਸਤੇ ਆਈ ਜਾਂ ਹੋਰ? ਨਹੀਂ, ਪੂਰੀ ਅੱਜ ਦੀ ਆਈ, ਪੂਰੇ ਚੰਡੀਗੜ੍ਹ ਦੇ ਵਿੱਚ ਚੱਲ ਰਿਹਾ ਹੈ। ਪੂਰੇ ਚੰਡੀਗੜ੍ਹ 10 ਪੁਆਇੰਟ ਹੈਗੇ ਪੂਰੇ ਚੰਡੀਗੜ੍ਹ ਦੇ ਵਿੱਚ, ਇਹ ਡਿਸਟ੍ਰੀਬਿਊਸ਼ਨ ਚੱਲ। ਅਤੇ ਇਹਦਾ ਪ੍ਰੋਸੀਜਰ ਕੀ ਹੈ, ਜਿਵੇਂ ਲੋਕ ਰਾਸ਼ਨ ਕਾਰਡ ਜਾਂ ਆਧਾਰ ਕਿਸ ਤਰ੍ਹਾਂ ਦੇ ਰਹੇ? ਪ੍ਰੋਸੀਜਰ ਨਹੀਂ ਹੈ, ਸਾਡੇ ਫੂਡ ਸਪਲਾਈ ਡਿਪਾਰਟਮੈਂਟ ਦੇ ਲਾਭਪਾਤਰੀ ਹੁੰਦੇ ਆ, ਜਿਨ੍ਹਾਂ ਦੇ ਖਾਤਿਆਂ ਦੇ ਵਿੱਚ ਖੁਰਾਕ ਸਬਸਿਡੀ, ਫੂਡ ਸਬਸਿਡੀ ਆਲਰੇਡੀ ਜਾ ਰਹੀ ਹੈ। ਓਕੇ, ਇਹ ਬੈਨੀਫਿਸ਼ਰੀ ਹੈਗੇ 63,613 ਪਰਿਵਾਰ ਹੈਗੇ ਆ ਪੂਰੇ ਚੰਡੀਗੜ੍ਹ ਦੇ ਵਿੱਚ, ਲੋੜਵੰਦ ਪਰਿਵਾਰ ਜਿਨ੍ਹਾਂ ਦੇ ਇਹ ਫੂਡ ਸਬਸਿਡੀ ਖਾਤਿਆਂ 'ਚ ਜਾ ਰਹੀ ਆ, ਉਹਨਾਂ ਨੂੰ ਇਹ ਦਿੱਤਾ ਜਾ ਰਿਹਾ ਵਿਤਰਨ। ਠੀਕ ਹੈ ਸਰ, ਠੀਕ ਹੈ, ਓਕੇ, ਥੈਂਕ ਯੂ, ਥੈਂਕ ਯੂ।